ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਆਉਣ ਵਾਲੇ ਸਮੇਂ 'ਚ ਕਾਂਗਰਸ ਸਾਹਿਬ ਦੀ ਜਿੱਤ ਯਕੀਨੀ ਹੈ ਕਿਉਂਕਿ ਜੋ ਲੰਮੇ ਸਮੇਂ ਤੋਂ ਚਿਰਕਾਲ ਤੋਂ ਮੰਗ ਸੀ ਓਵਰਬ੍ਰਿਜ ਦੀ ਕਿਉਂਕਿ ਹੁਣ ਜਿਵੇਂ ਕਿ ਜਿਹੜੀ ਪ੍ਰੋਬਲਮ ਸੀ ਆਉਣ ਵਾਲੇ ਸਮੇਂ 'ਚ ਹੋਰ ਵੀ ਜ਼ਿਆਦਾ ਵੱਧ ਕੇ ਆਉਣੀ ਸੀ ਕਿਉਂਕਿ ਪਹਿਲਾਂ ਰਾਮਪੁਰਾ ਫੂਲ ਸਿੰਗਲ ਲਾਈਨ ਸੀ ਰੇਲਵੇ ਦੀ ਹੁਣ ਕਿਉਂਕਿ ਤੁਹਾਨੂੰ ਪਤਾ ਹੀ ਕਿ ਡਬਲ ਲਾਈਨ ਹੋਣ ਜਾ ਰਹੀ ਹੈ ਕੰਮ ਚੱਲ ਰਿਹਾ ਉਹ ਬਹੁਤ ਨਜ਼ਦੀਕ ਆਪਣੇ ਲਾਈਨ ਪਹੁੰਚ ਚੁੱਕੀ ਹੈ ਮੈਂ ਕਿਹਾ 2-4 ਮਹੀਨਿਆਂ ਦੇ ਵਿੱਚ ਉਹ ਜਿਹੜੀ ਲਾਈਨ ਕੰਪਲੀਟ ਹੋ ਜਾਣੀ ਹੈ ਬਠਿੰਡਾ ਤੋਂ ਜੋ ਰਾਜਪੁਰੇ ਤੱਕ ਦਾ ਟਾਰਗੇਟ ਹੈ ਰੇਲਵੇ ਦਾ ਜਦੋਂ ਡਬਲ ਲਾਈਨ ਹੋ ਗਈ ਗੱਡੀਆਂ ਦੀ ਆਮਦਨ ਵਿੱਚ ਹੀ ਵਾਧਾ ਹੋ ਜਾਣਾ ਚਾਹੇ ਉਹ ਸਵਾਰੀ ਗੱਡੀਆਂ ਨੇ ਜਾਂ ਮਾਲ ਗੱਡੀਆਂ ਨੇ ਉਹ 'ਚ ਵੀ ਵਾਧਾ ਹੋ ਜਾਣਾ ਉਸ ਕਰਕੇ ਜਿਹੜਾ ਫਾਟਕ ਸੀ ਉਹ ਹਮੇਸ਼ਾ ਬੰਦ ਵਰਗਾ ਹੀ ਰਹਿਣਾ ਸੀਗਾ ਤੁਹਾਨੂੰ ਪਤਾ ਵੀ ਇਲੈਕਸ਼ਨ 2022 ਦੇ ਨੇੜੇ ਆ ਗਈ ਜਿਵੇਂ ਪਹਿਲਾਂ ਬਿਟੇ ਨੇ ਦੱਸਿਆ ਵੀ ਹੁਣ ਇਹ ਆਪਦੀਆਂ ਸਿਆਸੀ ਪਾਰਟੀਆਂ ਰੋਟੀਆਂ ਸੇਕਦੀਆਂ ਉਹਨਾਂ ਨੂੰ ਭੜਕਾ ਰਹੀ ਹੈ ਇਹਨਾਂ ਤੋਂ ਆਪਦਾ ਕੁਛ ਚੰਗਾ ਕੰਮ ਹੋਇਆ ਨਹੀਂ ਅਤੇ ਇਹਨਾਂ ਨੇ ਕਰਨ ਦੇਣਾ ਨਹੀਂ ਹੈ ਪਹਿਲਾਂ ਤੁਹਾਨੂੰ ਪਤਾ ਕਿ 10 ਸਾਲ ਪਿਛਲੇ 7 ਤੋਂ ਲੈ ਕੇ 17 ਤੱਕ ਸਰਕਾਰ ਰਹੀ ਹੈ ਅਕਾਲੀ ਦਲ ਦੀ ਮਲੁੱਕਾ ਸਾਹਿਬ ਮਿਨਿਸਟਰ ਰਹੇ ਹੈ ਪੰਜ ਸਾਲ ਪਹਿਲਾਂ 97 'ਚ ਮਿਨਿਸਟਰ ਰਹੀ ਹੈ ਇਹਨਾਂ ਤੋਂ ਨਾ ਤਾਂ ਅੰਡਰਬ੍ਰਿਜ ਬਣਿਆ ਨਾ ਇਹਨਾਂ ਤੋਂ ਓਵਰਬ੍ਰਿਜ ਬਣਿਆ ਹੁਣ ਗੁਰਪ੍ਰੀਤ ਸਿੰਘ ਮਲੁੱਕਾ ਸਾਹਿਬ ਉੱਥੇ ਆ ਕੇ ਸਟੇਟਮੈਂਟ ਦਿੰਦੇ ਹੈ ਵੀ ਸਾਡੀ ਸਰਕਾਰ ਨੂੰ ਜਦੋਂ ਸਾਡੀ ਸਰਕਾਰ ਆ ਗਈ ਸਾਨੂੰ ਵੋਟਾਂ ਪਾਓ ਸਾਡਾ ਸਾਥ ਦਿਓ ਤਾਂ ਅਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਦਿਆਂਗੇ ਤੁਸੀਂ ਦੇਖ ਰਹੇ ਹੋ NC7 ਨਿਊਜ਼ ਤੇ ਮੈਂ ਤੁਹਾਡਾ ਆਪਣਾ ਜਸਵੀਰ ਔਲਖ ਰੇਲਵੇ ਕਰੋਸਿੰਗ ਦਾ ਜਿਹੜਾ ਮੁੱਦਾ ਗਾ ਉਹ ਕਾਫੀ ਜ਼ਿਆਦਾ ਸ਼ਹਿਰ ਦੇ ਵਿੱਚ ਇਸ ਟਾਈਮ ਭਖਿਆ ਵਾ ਕਾਂਗਰਸ ਪਾਰਟੀ ਵੱਲੋਂ ਬੜੇ ਜ਼ੋਰ ਸ਼ੋਰ ਨਾਲ ਜਿਹੜਾ ਪੁੱਲ ਨੂੰ ਬਣਾਉਣ ਦੀਆਂ ਜਿਹੜੀਆਂ ਤਿਆਰੀਆਂ ਗਈਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਾਂਗਰਸ ਪਾਰਟੀ ਦਾ ਦਾਅਵਾ ਕਿ ਬਹੁਤ ਜਲਦੀ ਜਿਹੜਾ ਪੁੱਲ ਦਾ ਜਿਹੜਾ ਨਿਰਮਾਣ ਆ ਉਹ ਸ਼ੁਰੂ ਹੋ ਜਾਏਗਾ ਅਤੇ ਉੱਧਰੋਂ ਅਕਾਲੀ ਦਲ ਵੱਲੋਂ ਅਤੇ ਇਸ ਸ਼ਹਿਰ ਦੇ ਕੁਝ ਸਮੂਹ ਦੁਕਾਨਦਾਰਾਂ ਵੱਲੋਂ ਇਸ ਪੁੱਲ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਸ਼ਹਿਰ ਦੇ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਰੇਲਵੇ ਦੀ ਕਰੋਸਿੰਗ ਨੂੰ ਵੀ ਜਿਹੜਾ ਹੈਗਾ ਬੰਦ ਕੀਤਾ ਜਾ ਰਿਹਾ ਹੈਗਾ ਜਿਸ ਦੇ ਕਾਰਨ ਜਿਹੜੀ ਸ਼ਹਿਰ ਵਾਸੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਇਸ ਟਾਈਮ ਝੱਲਣਾ ਪੈ ਰਿਹਾ ਹੈਗਾ ਵੱਖੋ ਵੱਖਰੇ ਜਿਹੜੇ ਤਰਕ ਆ ਗਏ ਉਹ ਦੋਨੇ ਪਾਰਟੀਆਂ ਵੱਲੋਂ ਦਿੱਤੇ ਜਾ ਰਹੇ ਆ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਸ਼ਹਿਰ ਦੇ ਸ਼ਾਂਤੀ ਹਾਲ ਦੇ ਵਿੱਚ ਇੱਕ ਭਰਮੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਹਦੇ ਵਿੱਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ਪੁੱਲ ਨੂੰ ਲੈ ਕੇ ਸੁਝਾਅ ਜਿਹੜੇ ਸੀਗੇ ਜਾਂ ਲੋਕਾਂ ਦੇ ਪ੍ਰਤੀ ਜਿਹੜੀ ਹਮਦਰਦੀ ਦਾ ਪ੍ਰਗਟਾਵਾ ਸੀਗਾ ਉਹ ਕੀਤਾ ਗਿਆ ਕਾਂਗਰਸ ਪਾਰਟੀ ਦਾ ਕਹਿਣਾ ਕਿ ਇਸ ਪੁੱਲ ਦੇ ਬਣਨ ਦੇ ਨਾਲ ਜਿਹੜਾ ਹੈਗਾ ਗਾ ਬਹੁਤ ਵੱਡੀ ਪੱਧਰ 'ਤੇ ਰਾਮਪੁਰਾ ਫੂਲ ਦੇ ਲੋਕਾਂ ਨੂੰ ਜਿਹੜਾ ਹੈਗਾ ਇਸ ਦਾ ਫਾਇਦਾ ਮਿਲੇਗਾ ਔਰ ਦੂਸਰੇ ਪਾਸੇ ਜੋ ਅਕਾਲੀ ਦਲ ਵੱਲੋਂ ਜਾਂ ਆਪ ਵੱਲੋਂ ਜਿਹੜੀਆਂ ਹੈਗੀਆਂ ਗੀਆਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਆ ਇਸ ਪੁੱਲ ਦਾ ਜਿਹੜਾ ਹੈਗਾ ਗਾ ਵਿਰੋਧ ਕੀਤਾ ਜਾ ਰਿਹਾ ਹੈਗਾ ਗੱਲ ਕਰਨ ਜਾ ਰਹੇ ਹਾਂ ਕਾਂਗਰਸ ਪਾਰਟੀ ਸੀਨੀਅਰ ਲੀਡਰਸ਼ਿਪ ਨਾਲ ਇਸ ਟਾਈਮ ਸਾਡੇ ਨਾਲ ਮੌਜੂਦ ਆ ਰਾਮਪੁਰਾ ਫੂਲ ਸ਼ਹਿਰ ਦੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਪੁੱਲ ਦੇ ਰਿਗਾਰਡਿੰਗ ਜਿਹੜਾ ਓਵਰਬ੍ਰਿਜ ਇੱਥੇ ਬਣਨ ਜਾ ਰਿਹਾ ਉਹਦੇ ਰਿਗਾਰਡਿੰਗ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਉਹ ਕੀਤੀ ਗਈ ਆ ਸਮੂਹ ਲੀਡਰਸ਼ਿਪ ਵੱਲੋਂ ਕਾਂਗਰਸ ਸਰਕਾਰ ਦੀ ਵੱਲੋਂ ਸਾਡੇ ਨਾਲ ਮੌਜੂਦ ਆ ਸੁਨੀਲ ਬਿੱਟਾ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਟੀਨਾ ਸਾਹਿਬ ਅਸ਼ੋਕ ਜੀ ਕਾਂਗਰਸ ਪਾਰਟੀ ਵੱਲੋਂ ਸ਼ਹਿਰ ਦੇ ਲੋਕਾਂ ਦੀ ਜਿਹੜੀ ਸਮੱਸਿਆ ਸੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਓਵਰਬ੍ਰਿਜ ਦਾ ਜਿਹੜਾ ਨਿਰਮਾਣ ਆ ਉਹ ਬਹੁਤ ਜਲਦ ਸ਼ੁਰੂ ਕਰਵਾਇਆ ਜਾ ਰਿਹਾ ਹੈਗਾ ਉਸ ਨੂੰ ਲੈ ਕੇ ਪਹਿਲਾਂ ਤੁਹਾਡਾ ਕੀ ਕਹਿਣਾ ਸਰ ਜੋ ਓਵਰਬ੍ਰਿਜ ਹੈ ਇਹਦੇ ਟੈਂਡਰ ਹੋ ਚੁੱਕੇ ਹੈ ਕੰਮ ਉਹਦਾ ਸ਼ੁਰੂ ਹੋ ਚੁੱਕਿਆ ਟੀਮਾਂ ਆ ਚੁੱਕੀਆਂ ਜੋ ਮਿੱਟੀ ਦੀ ਸਟਰੈਂਥ ਹੈ ਉਹਨੂੰ ਚੈੱਕ ਕੀਤਾ ਜਾ ਰਿਹਾ ਔਰ ਜੋ ਸੀਵਰੇਜ ਟੈਂਡਰ ਹੈ ਉਹ ਲੱਗ ਚੁੱਕਿਆ ਉਹ 15 ਜੁਲਾਈ ਨੂੰ ਖੁੱਲ੍ਹਣੇ ਹੈ ਅਗਸਤ ਦੇ ਪਹਿਲੇ ਹਫ਼ਤੇ ਜਿਹੜਾ ਪੁੱਲ ਦਾ ਕੰਮ ਸ਼ੁਰੂ ਹੋ ਜਾਣਾ ਹੈ ਪੁੱਲ ਬਾਰੇ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰੈਸ ਕਾਨਫਰੰਸ ਦੱਸਿਆ ਸੀਗਾ 1135 ਮੀਟਰ ਕੁੱਲ ਦੀ ਲੰਬਾਈ ਹੈ ਜਿਸ 'ਚੋਂ 725 ਮੀਟਰ ਫੂਲ ਵਾਲੀ ਸਾਈਡ 'ਤੇ ਦੀ ਲੰਬਾਈ ਹੈ 130 ਮੀਟਰ ਜੋ ਰੇਲਵੇ ਦੀ ਆਪਦੀ ਜੂਹ ਆਉਂਦੀ ਹੈ ਜਿੱਥੋਂ ਕੂਹਣੀ ਮੋੜ ਪੈ ਕੇ ਪਟਿਆਲਾ ਮੰਡੀ ਜਾਣਾ 130 ਮੀਟਰ ਰੇਲਵੇ ਦੀ ਬਾਉਂਡਰੀ ਉਹਨਾਂ ਨੇ ਕਵਰ ਕਰਨਾ 280 ਮੀਟਰ ਅੱਗੇ ਜੋ ਪਟਿਆਲਾ ਮੰਡੀ ਸਾਈਡ ਹੈ ਅੱਗੇ ਜਾਣਾ ਅਤੇ ਜਿਹੜੀ ਪੁੱਲ ਦੀ ਉਚਾਈ ਹੈ ਸੈਂਟਰ 'ਚੋਂ ਉਹ 22 ਫੁੱਟ ਦੀ ਹੋਵੇਗੀ ਸਿਰਫ 400-400 ਫੁੱਟ ਦੋਨੇ ਸਾਈਡਾਂ 'ਤੇ ਜਿਹੜਾ ਭਰਮਾ ਪੁੱਲ ਆਉਣਾ ਔਰ ਦੋਨੇ ਸਾਈਡਾਂ 'ਤੇ ਇੱਕ ਇੱਕ ਸਾਈਡ ਬਿਲਕੁਲ ਖਾਲੀ ਹੈ ਇੱਕ ਪਾਸੇ ਤਾਂ ਰੇਲਵੇ ਦੀ ਜਗ੍ਹਾ ਆ ਗਈ ਪਟਿਆਲਾ ਮੰਡੀ ਸਾਈਡ 'ਤੇ ਨਾਭਾ ਮੰਡੀ ਸਾਈਡ 'ਤੇ ਆਪਣਾ ਸਰਕਾਰੀ ਸਕੂਲ ਅਤੇ ਜਨਾਨਾ ਹਸਪਤਾਲ ਆ ਗਿਆ ਸਰ ਜਿਹੜੀਆਂ ਸਿਆਸੀ ਪਾਰਟੀਆਂ ਹੈਗੀਆਂ ਜਿਵੇਂ ਅਕਾਲੀ ਦਲ ਲਾ ਲਓ ਜਾਂ ਆਪ ਲਾ ਲਓ ਉਹਨਾਂ ਵੱਲੋਂ ਪਿਛਲੇ 4 ਦਿਨਾਂ ਤੋਂ ਸ਼ਹਿਰ ਦੇ ਵਿੱਚ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਇਸ ਪੁੱਲ ਨੂੰ ਲੈ ਕੇ ਵਿਰੋਧਤਾ ਵਿਖਾਈ ਜਾ ਰਹੀ ਹੈ ਉਸ ਨੂੰ ਲੈ ਕੇ ਕਹਿਣ ਤੋਂ
ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਆਉਣ ਵਾਲੇ ਸਮੇਂ 'ਚ ਕਾਂਗਰਸ ਸਾਹਿਬ ਦੀ ਜਿੱਤ ਯਕੀਨੀ ਹੈ, ਕਿਉਂਕਿ ਜੋ ਲੰਮੇ ਸਮੇਂ ਤੋਂ ਚਿਰਕਾਲ ਤੋਂ ਮੰਗ ਸੀ ਓਵਰਬ੍ਰਿਜ ਦੀ, ਕਿਉਂਕਿ ਹੁਣ ਜਿਵੇਂ ਕਿ ਜਿਹੜੀ ਪ੍ਰੋਬਲਮ ਸੀ ਆਉਣ ਵਾਲੇ ਸਮੇਂ 'ਚ ਹੋਰ ਵੀ ਜ਼ਿਆਦਾ ਵੱਧ ਕੇ ਹੋਣੀ ਸੀ, ਕਿਉਂਕਿ ਪਹਿਲਾਂ ਰਾਮਪੁਰਾ ਫੂਲ ਸਿੰਗਲ ਲਾਈਨ ਸੀ ਰੇਲਵੇ ਦੀ, ਹੁਣ ਕਿਉਂਕਿ ਤੁਹਾਨੂੰ ਪਤਾ ਹੀ ਕਿ ਡਬਲ ਲਾਈਨ ਹੋਣ ਜਾ ਰਹੀ ਹੈ, ਕੰਮ ਚੱਲ ਰਿਹਾ, ਉਹ ਬਹੁਤ ਨਜ਼ਦੀਕ ਆਪਣੇ ਲਾਈਨ ਪਹੁੰਚ ਚੁੱਕੀ ਹੈ। ਮੈਂ ਕਿਹਾ 2-4 ਮਹੀਨਿਆਂ ਦੇ ਵਿੱਚ ਉਹ ਜਿਹੜੀ ਲਾਈਨ ਕੰਪਲੀਟ ਹੋ ਜਾਣੀ ਹੈ, ਬਠਿੰਡਾ ਤੋਂ ਜੋ ਰਾਜਪੁਰੇ ਤੱਕ ਦਾ ਟਾਰਗੇਟ ਹੈ ਰੇਲਵੇ ਦਾ, ਜਦੋਂ ਡਬਲ ਲਾਈਨ ਹੋ ਗਈ ਗੱਡੀਆਂ ਦੀ ਆਮਦਨ ਵਿੱਚ ਵਾਧਾ ਹੋ ਜਾਣਾ, ਚਾਹੇ ਉਹ ਸਵਾਰੀ ਗੱਡੀਆਂ ਨੇ ਜਾਂ ਮਾਲ ਗੱਡੀਆਂ ਨੇ, ਉਹ 'ਚ ਵੀ ਵਾਧਾ ਹੋ ਜਾਣਾ। ਉਸ ਕਰਕੇ ਜਿਹੜਾ ਫਾਟਕ ਸੀ ਉਹ ਹਮੇਸ਼ਾ ਬੰਦ ਵਰਗਾ ਹੀ ਰਹਿਣਾ ਸੀਗਾ। ਉਹਨਾਂ ਸਾਰੀਆਂ ਗੱਲਾਂ ਨੂੰ ਅਗਾਂਹ ਵਧੂ ਸੋਚਦੇ ਮਾਲਕ ਕਾਂਗੜ ਸਾਹਿਬ ਨੇ ਆਪਦਾ ਰੇਲਵੇ ਨਾਲ ਰਾਬਤਾ ਕਾਇਮ ਕਰਕੇ, ਮਾਨਯੋਗ ਮੁੱਖ ਮੰਤਰੀ ਕੈਪਟਨ ਸਿੰਘ ਨਾਲ ਰਾਬਤਾ ਕਾਇਮ ਕਰਕੇ ਲਗਭਗ 60 ਕਰੋੜ ਦੀ ਜਿਹੜੀ ਗ੍ਰਾਂਟ ਹੈ ਉਹ ਰਿਲੀਜ਼ ਕਰਾਈ ਹੈ, ਔਰ ਜਿਹਦੇ ਵਿੱਚੋਂ 23 ਕਰੋੜ ਰੁਪਈਆ ਜੋ 130 ਮੀਟਰ ਵਾਸਤੇ ਹੈ ਉਹ ਰੇਲਵੇ ਨੂੰ ਦਿੱਤਾ, 31 ਕਰੋੜ ਰੁਪਈਆ PW ਨੂੰ ਦਿੱਤਾ, 9.5 ਕਰੋੜ ਰੁਪਈਆ ਮਿਊਂਸਪੈਲਿਟੀ ਦੇ ਬਿਜਲੀ ਬੋਰਡ ਨੂੰ ਜੋ ਸੈਂਟਰ ਦੇ ਵਿੱਚ ਸੀਵਰੇਜ ਵਾਟਰ ਵਰਕਸ ਪਿਆ ਉਹਨੂੰ ਸਾਈਡ 'ਤੇ ਕਰਨ ਲਈ, ਅਤੇ ਸਟਰੀਟ ਲਾਈਟ ਦੇ ਬਿਜਲੀ ਦੇ ਪੋਲ ਸ਼ਿਫਟ ਕਰਨ ਲਈ ਜਿਹੜਾ 9.5 ਕਰੋੜ ਦੇ ਉਹਦੇ ਵੀ ਟੈਂਡਰ ਲੱਗ ਚੁੱਕੇ ਨੇ। ਸਰ 2 ਦਿਨ ਪਹਿਲਾਂ ਜਿਹੜੇ ਸੀ ਲੋਕਾ ਸਾਹਿਬ ਵੀ ਇੱਥੇ ਆਏ ਸੀ, ਉਹਨਾਂ ਨੇ ਵੀ ਇਸ ਧਾਰਨ ਦੇ ਵਿੱਚ ਸ਼ਮੂਲੀਅਤ ਕੀਤੀ ਸੀਗੀ, ਉਹਨਾਂ ਨੇ ਵੀ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਕਾਫੀ ਤੰਜ ਕਸੇ, ਉਸ ਨੂੰ ਲੈ ਕੇ ਤੁਹਾਡਾ ਆਈ ਸੁਣ ਮੈਂ ਦੱਸਿਆ ਵੀ ਬਖਲਾਹਟ ਦੇ ਵਿੱਚ ਬੰਦਾ ਕੀ ਸਟੇਟਮੈਂਟਾਂ ਦੇਈ ਜਾਂਦਾ, ਕੀ ਬਿਆਨ ਦੇਈ ਜਾਂਦਾ, ਉਹਦੇ ਬਾਰੇ ਕੁਛ ਕਹਿ ਨਹੀਂ ਸਕਦੇ, ਕਿਉਂਕਿ 17 ਤੋਂ ਪਹਿਲਾਂ ਹੀ 17 ਦੇ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਹੀ ਪਬਲਿਕ ਦੀ ਵੱਡੇ ਪੱਧਰ 'ਤੇ ਮੰਗ ਸੀ, ਜਿਸ ਨੂੰ ਕਾਂਗਰਸ ਸਾਹਿਬ ਨੇ ਵਿਸ਼ਵਾਸ ਦਵਾਇਆ ਸੀ ਕਿ ਤੁਸੀਂ ਮੈਨੂੰ ਵੋਟਾਂ ਪਾਓ, ਜੇਕਰ ਮੈਂ ਜਿੱਤ ਗਿਆ ਤਾਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਅਗਲੀਆਂ ਇਲੈਕਸ਼ਨਾਂ ਤੋਂ ਪਹਿਲਾਂ 22 ਤੋਂ ਪਹਿਲਾਂ ਮੈਂ ਤੁਹਾਡਾ ਇਹ ਪੁੱਲ ਬਣਵਾ ਕੇ ਦੇਵਾਂਗਾ। ਸੋ ਉਹਨਾਂ ਨੇ ਆਪਦੀ ਜੋ ਗੱਲ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਦੇ ਹੋਏ ਬਹੁਤ ਜਲਦੀ ਜਿਹੜਾ ਨੀਂਹ ਪੱਥਰ ਰੱਖਿਆ ਜਾ ਰਿਹਾ। ਸਾਡੇ ਨਾਲ ਮੌਜੂਦਾ ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਸੰਜੀਵ ਧੀਗੜਾ ਟੀਨਾ ਜੀ। ਟੀਨਾ ਜੀ, ਜਿਹੜਾ ਅਕਾਲੀ ਦਲ ਵੱਲੋਂ ਜਾਂ ਆਪਾਂ ਕਹਿ ਦਈਏ ਸਿਆਸੀ ਪਾਰਟੀਆਂ, ਜਿਹੜੀਆਂ ਵਿਰੋਧੀ ਸਿਆਸੀ ਪਾਰਟੀਆਂ, ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਪੁੱਲ ਨੂੰ ਲੈ ਕੀਤਾ ਜਾ ਰਿਹਾ ਹੈਗਾ, ਫਾਟਕ ਵੀ ਉਹਨਾਂ ਵੱਲੋਂ ਜਿਹੜਾ ਹੈਗਾ ਸਰ ਬੰਦ ਕੀਤਾ ਜਾ ਰਿਹਾ ਹੈਗਾ, ਜਿਸ ਨੂੰ ਲੈ ਕੇ ਜਿਹੜੀ ਰਾਮਪੁਰਾ ਫੂਲ ਦੀ ਪਬਲਿਕ ਆ ਉਹ ਬਹੁਤ ਪਰੇਸ਼ਾਨ ਆ, ਸਰ ਕੀ ਕਹਿਣਾ ਸਰ? ਦੇਖੋ, ਪਹਿਲਾਂ ਮੈਂ ਵੀ ਜਿਹੜੀ ਇਹ ਕੁਛ ਦੁਕਾਨਦਾਰ ਭਰਾਵਾਂ ਦਾ ਜਿਹੜਾ ਰੋਸ ਧਰਨਾ ਹੈ ਵੀ ਅਸੀਂ ਇਹ ਫਲਾਈਓਵਰ ਬੰਨੀ ਦੇਣਾ, ਉਹ ਧਰਨਾ ਲਾ ਰਹੇ ਆ ਕੁਛ 4-5 ਦਿਨਾਂ ਤੋਂ। ਚਲੋ, ਉਹਨਾਂ ਨੂੰ ਤਾਂ ਇਸ ਗੱਲ ਦੇ ਵਿੱਚ ਹੈ ਵੀ ਸਾਡਾ ਕੋਈ ਨੁਕਸਾਨ ਹੋਣਾ ਹੈ, ਪਰ ਇਹ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਤੁਹਾਡਾ ਕੋਈ ਨੁਕਸਾਨ ਨਹੀਂ, ਇਹ ਜਿਹੜਾ ਪੁੱਲ ਹੈ ਇਹ ਸਾਰੇ ਇਕੱਲੇ ਇਕੱਲੇ ਪਿੱਲਰ 'ਤੇ ਜਾਣਾ ਹੈ, ਗੋਲ ਪਿੱਲਰਾਂ 'ਤੇ ਜਾਣਾ ਹੈ, ਥੱਲੋਂ ਸਾਰਾ ਇਹ ਜਿਹੜੇ ਬਾਜ਼ਾਰ ਖਾਲੀ ਰਹਿਣਾ ਹੈ। ਹੁਣ ਤੁਹਾਨੂੰ ਪਤਾ ਵੀ ਇਲੈਕਸ਼ਨ 2022 ਦੇ ਨੇੜੇ ਆ ਗਈ, ਜਿਵੇਂ ਪਹਿਲਾਂ ਬੇਟਾ ਹੀ ਦੱਸਿਆ ਵੀ ਹੁਣ ਇਹ ਆਪਦੀਆਂ ਸਿਆਸੀ ਪਾਰਟੀਆਂ ਰੋਟੀਆਂ ਸੇਕਦੀਆਂ, ਉਹਨਾਂ ਨੂੰ ਭੜਕਾ ਰਹੀਆਂ, ਇਹਨਾਂ ਤੋਂ ਆਪਦਾ ਕੁਛ ਚੰਗਾ ਕੰਮ ਹੋਇਆ ਨਹੀਂ ਅਤੇ ਇਹਨਾਂ ਨੇ ਕਰਨ ਦੇਣਾ ਨਹੀਂ ਹੈ। ਪਹਿਲਾਂ ਤੁਹਾਨੂੰ ਪਤਾ ਵੀ 10 ਸਾਲ ਪਿਛਲੇ 7 ਤੋਂ ਲੈ ਕੇ 17 ਤੱਕ ਸਰਕਾਰ ਰਹੀ ਆ ਅਕਾਲੀ ਦਲ ਦੀ, ਮਲੁੱਕਾ ਸਾਹਿਬ ਮਿਨਿਸਟਰ ਰਹੇ ਆ 5 ਸਾਲ, 5 ਸਾਲ ਪਹਿਲਾਂ 97 'ਚ ਮਿਨਿਸਟਰ ਰਹੇ ਆ, ਇਹਨਾਂ ਤੋਂ ਨਾ ਤਾਂ ਅੰਡਰਬ੍ਰਿਜ ਬਣੇ ਆ ਨਾ ਇਹਨਾਂ ਤੋਂ ਓਵਰਬ੍ਰਿਜ ਬਣੇ ਆ। ਹੁਣ ਗੁਰਪ੍ਰੀਤ ਮਲੁੱਕਾ ਸਾਹਿਬ ਉੱਥੇ ਆ ਕੇ ਸਟੇਟਮੈਂਟ ਦਿੰਦੇ ਆ ਵੀ ਸਾਡੀ ਸਰਕਾਰ ਨੂੰ ਜਦੋਂ ਸਾਡੀ ਸਰਕਾਰ ਆ ਗਈ ਤੁਹਾਨੂੰ ਵੋਟਾਂ ਪਾਓ, ਸਾਡਾ ਸਾਥ ਦਿਓ, ਤਾਂ ਅਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਦਿਆਂਗੇ। ਸਭ ਤੋਂ ਪਹਿਲਾਂ ਸਭ ਤੋਂ ਹੋਇਆ ਨਾ, 10 ਸਾਲ ਤੁਹਾਡੀ ਸਰਕਾਰ ਰਹੀ ਆ, ਤੁਸੀਂ ਉਹਦੇ ਨਾਲ ਕਰਿਆ, ਤੁਸੀਂ ਉਹਦੇ ਅੰਡਰਬ੍ਰਿਜ ਬਣਾਵਾਂਗੇ ਤੁਸੀਂ, ਜੇ ਤੁਹਾਡੇ ਕੋਲ ਅੰਡਰਬ੍ਰਿਜ ਬਣਦਾ ਸੀ ਬਣਾਉਂਦੇ ਅੰਡਰਬ੍ਰਿਜ ਤੁਸੀਂ, ਇਹ ਅੰਡਰਬ੍ਰਿਜ ਇੱਥੇ ਬਣਨਾ ਨਹੀਂ ਹੈ, ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ। ਰਹੀ ਰਹੀ ਗੱਲ ਧਰਨੇ ਦੀ, ਇਹ ਸਾਡੇ ਬੇਟਾ ਜੀ ਦੱਸਿਆ ਵੀ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਪਹਿਲਾਂ ਵੀ ਕਾਂਗਰਸ ਸਾਹਿਬ ਨੇ 2-3 ਵਾਰੀ ਇਹਨਾਂ ਨਾਲ ਮੀਟਿੰਗਾਂ ਕਰੀਆਂ ਵੀ ਜੇ ਅੰਡਰਬ੍ਰਿਜ ਬਣਨਾ ਹੁੰਦਾ ਮੈਂ ਬਣਵਾ ਦਿੰਦਾ। ਦੇਖੋ, ਅੰਡਰਬ੍ਰਿਜ ਬਣਾਉਂਦੇ 5-7 ਕਰੋੜ ਰੁਪਏ ਲੱਗਣਾ ਸੀ ਅਤੇ ਜੇ 60 ਕਰੋੜ ਰੁਪਏ ਲੱਗ ਰਹੇ ਹੈ, ਸਰਕਾਰ ਕੋਲ ਇੰਨਾ ਪੈਸਾ ਤਾਂ ਹੈ ਨਹੀਂ ਵੀ ਜਿਹੜਾ ਵਾਧੂ ਜਾਇਆ ਕਰਾਇਆ ਜਾਵੇ। ਸੋ ਅੰਡਰਬ੍ਰਿਜ ਨਹੀਂ ਬਣਦਾ ਹੈ, ਓਵਰਬ੍ਰਿਜ ਹੀ ਬਣਨਾ, ਲੋਕਾਂ ਦੀ ਮੰਗ ਨੂੰ ਦੇਖਦੇ ਹੋਏ, ਦੋਨਾਂ ਮੰਡੀਆਂ ਦੀ ਮੰਗ ਨੂੰ ਦੇਖਦੇ ਹੋਏ ਇਹ ਓਵਰਬ੍ਰਿਜ ਬਣਾ ਰਹੇ ਆ। ਬਾਕੀ ਜਿਹੜੀ ਧਰਨੇ ਦੀ ਬਾਤ ਹੈ, ਧਰਨਾ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਠੀਕ ਹੈ ਨਾ? ਗੱਲ ਜਿਹੜੇ ਅਸੀਂ, ਮੈਂ ਇਹਨਾਂ ਨੂੰ ਸਿਆਸੀ ਪਾਰਟੀਆਂ ਨੂੰ ਇੱਕ ਤਰ੍ਹਾਂ ਵਾਰਨਿੰਗ ਦੇਣਾ ਚਾਹੁੰਦਾ ਹੈ ਵੀ ਤੁਸੀਂ ਇਹ ਆਪਦੀਆਂ ਰੋਟੀਆਂ ਨਾ ਸੇਕੋ, ਕੋਈ ਸ਼ਹਿਰ ਦਾ ਡਿਵੈਲਪਮੈਂਟ ਹੁੰਦਾ ਹੋਣ ਦਿਓ, ਇਹ ਆਉਣ ਵਾਲੀ ਪੀੜ੍ਹੀ ਸੋਚੂਗੀ ਵੀ ਜਿਹੜਾ ਇਹ ਟ੍ਰੈਫਿਕ ਵੱਧ ਰਿਹਾ, ਘੱਟ ਨਹੀਂ ਰਿਹਾ, ਠੀਕ ਹੈ ਨਾ? ਗੱਲ ਇਹਨੂੰ ਜਿਹੜਾ ਇਹ ਪੁੱਲ ਬਣ ਦਿਓ ਨਾ, ਕਿ ਤੁਸੀਂ ਇਹਨਾਂ ਨਾਲ ਵਿੱਚ ਕਿਸੇ ਨਾਲ ਤੁਸੀਂ ਇਹਨਾਂ ਨੂੰ ਉਲਝਾ ਕੇ ਤੁਸੀਂ ਇਹਨਾਂ ਨੂੰ ਬਗੈਰ ਮਤ ਉਲਝਾ ਰਹੇ ਹੋ। ਜਿਹੜਾ ਇਹ ਡਿਵੈਲਪਮੈਂਟ ਦੇ ਕੰਮ ਹੈ ਇਹ ਕੋਈ ਰੋਕ ਨਹੀਂ ਸਕਦਾ ਹੈ, ਇਹ ਹੋਣਗੇ। ਓਵਰਹਾਲ ਜਿਹੜਾ ਹੈਗਾ ਕਾਂਗਰਸ ਪਾਰਟੀ ਜਿਹੜੇ ਅਹੁਦੇਦਾਰ ਆ ਉਹਨਾਂ ਦਾ ਜਿਹੜਾ ਕਹਿਣਾ ਗਾ ਕਿ ਜਿਹੜਾ ਜੇਕਰ ਓਵਰਬ੍ਰਿਜ ਇੱਥੇ ਬਣਦਾ ਤਾਂ ਇਹ ਸ਼ਹਿਰ ਵਾਸੀਆਂ ਨੂੰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਬਹੁਤ ਵੱਡੀ ਪੱਧਰ 'ਤੇ ਇਹਦਾ ਫਾਇਦਾ ਹੋਊਗਾ। ਜੋ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਇੱਕ ਸਿਆਸੀ ਰੋਟੀਆਂ ਜਿਹੜੀਆਂ ਹੈਗੀਆਂ ਗੀਆਂ ਉਹ ਵਿਰੋਧੀ ਪਾਰਟੀਆਂ ਵੱਲੋਂ ਸੇਕੀਆਂ ਜਾ ਰਹੀਆਂ ਗੀਆਂ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਪੁੱਲ ਆ ਇਹਦਾ ਨਿਰਮਾਣ ਕਦੋਂ ਸ਼ੁਰੂ ਹੋਣ ਜਾ ਰਿਹਾ ਹੈਗਾ, ਜਾਂ ਇਹ ਧਰਨਾ ਪ੍ਰਦਰਸ਼ਨ ਜਿਹੜਾ ਵਿਰੋਧੀ ਪਾਰਟੀਆਂ ਵੱਲੋਂ ਜਿਹੜਾ ਹੈਗਾ ਕੀਤਾ ਜਾ ਰਿਹਾ, ਫਾਟਕ ਵੀ ਬੰਦ ਕੀਤਾ ਜਾ ਰਿਹਾ,
ਇਹ ਕਦੋਂ ਤੱਕ ਖੁੱਲ੍ਹਣ ਦੀ ਸੰਭਾਵਨਾ ਗੀ ਇਹਦੇ ਬਾਰੇ ਅਜੇ ਕੁਛ ਨਹੀਂ ਕਿਹਾ ਜਾ ਸਕਦਾ, ਪਰ ਓਵਰਹਾਲ ਜਿਹੜਾ ਜੇ ਆਪਾਂ ਦੇਖੀਏ ਤਾਂ ਇਸ ਓਵਰਬ੍ਰਿਜ ਦੇ ਬਣਨ ਨਾਲ ਕਾਫੀ ਵੱਡੀ ਪੱਧਰ 'ਤੇ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੂਗੀ। ਜਿਹੜਾ ਜਾਮ ਲੱਗਦਾ ਅੱਧਾ ਅੱਧਾ ਘੰਟਾ ਲੋਕ ਫਾੜਕ ਦੇ ਉੱਪਰ ਜਾਂ ਬੱਚੇ ਜਾਂ ਲੋਕ ਉੱਥੇ ਖੜ੍ਹੇ ਰਹਿੰਦੇ ਆ, ਉਸ ਜਾਮ ਤੋਂ ਵੀ ਜਿਹੜੀ ਹੈਗੀ ਆ ਨਿਜਾਤ ਮਿਲੂਗੀ। ਕੁੱਲ ਮਿਲਾ ਕੇ ਜਿਹੜਾ ਦੇਖਿਆ ਜਾਵੇ ਤਾਂ ਇਹ ਜਿਹੜਾ ਪੁਲ ਬਣਨ ਦੇ ਨਾਲ ਵੱਡੀ ਪੱਧਰ 'ਤੇ ਸ਼ਹਿਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ।